ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪੰਜਾਬੀ ਸਾਹਿਤ এডਿਕੇਸ਼ਨ ਬਾਇ ਰੁਪਿੰਦਰ ਚ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਆਪਾਂ ਸ਼ੁਰੂ ਕੀਤੀ ਹੈ ਜੀ ਪਲੱਸ 2 ਦੀ ਆਧੁਨਿਕ ਕਾਵ ਚਲਕਾ ਇਤਿਹਾਸ ਪੁਸਤਕ ਤੇ ਉਹਦੇ ਵਿੱਚ ਗੁਰਮਤਕਾਵ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਲੱਗੇ ਹੋਏ ਨੇ ਤੇ ਆਪਾਂ ਉਹਨਾਂ ਬਾਰੇ ਸਾਰਾ ਕੁਝ ਪੜ ਚੁੱਕੇ ਆ ਠੀਕ ਹੈ ਜੀ ਉਹਨਾਂ ਦੇ ਜੀਵਨ ਬਾਰੇ ਪੜ ਚੁੱਕੇ ਆ ਤੇ ਜਿਹੜੇ ਉਹਨਾਂ ਦੇ ਇਹ ਸ਼ਲੋਕ ਲੱਗੇ ਹੋਏ ਨੇ ਆਪਾਂ ਉਹ ਵੀ ਪੜ ਚੁੱਕੇ ਆ ਠੀਕ ਹੈ ਜੀ ਤੇ ਇਹਦੇ ਵਿੱਚ ਜਿਹੜੇ ਸੱਤ ਸ਼ਬਦ ਜਿਹੜੀ 12ਵਾਂ ਤੁਖਾਰੀ ਵਿੱਚੋਂ 9 ਮਹੀਨੇ ਸੰਬੰਧੀ ਰਚਨਾ ਤੇ 7 ਸ਼ਬਦ ਸ਼ਾਮਲ ਕੀਤੇ ਗਏ ਨੇ ਉਹ ਆਪਾਂ ਠੀਕ ਹੈ ਪੜਦੇ ਪਏ ਸੀਗੇ ਤੇ ਥੋੜਾ ਜਿਹਾ ਆਪਾਂ ਉਦੋਂ ਪੜ ਲਿਆ ਸੀਗਾ ਤੇ ਬਾਕੀ ਜਿਹੜਾ ਰਹਿੰਦਾ ਏ ਉਹ ਆਪਾਂ ਅੱਜ ਕੰਪਲੀਟ ਕਰ ਦੇਣਾ ਠੀਕ ਹੈ ਇਹ ਹੈਗਾ ਜੀ ਨਾਵਣ ਚੱਲੇ ਤੀਰਥੀ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਭੋਲ ਲੱਥੀ ਨਾਤਿਆ ਦੂਈ ਪਾ ਚੜੀਐ ਸੋਹਰ ਬਾਹਰ ਤੋਤੀ ਤੁੰਮੜੀ ਅੰਦਰ ਵਿਸ ਨਿਕੋਰ ਸਾਦ ਭਲੇ ਅਣਨਾਤਿਆ ਚੋਰ ਸੇ ਚੋਰਾ ਚੋਰ ਇਹਦੇ ਵਿੱਚ ਗੁਰੂ ਜੀ ਨੇ ਕਿਹਾ ਇਹ ਵੀ ਜਿਹੜੇ ਖੋਟੇ ਮਨ ਨਾਲ ਆਪਣੇ ਮਨ ਵਿੱਚ ਮੈਲ ਲੈ ਕੇ ਤੀਰਥਾਂ ਉੱਤੇ ਨਹਾਉਣ ਜਾਂਦੇ ਨੇ ਪਰੰਤੂ ਜਿਹੜੀ ਉਹਨਾਂ ਦੇ ਸਰੀਰ ਦੀ ਮੈਲ ਮੈਲ ਤਾਂ ਉੱਤਰ ਜਾਂਦੀ ਹੈ ਪਰ ਜਿਹੜੀ ਹੁੰਦੀ ਮਨ ਵਿੱਚ ਖੋਟਾਂ ਦੀ ਮੈਲ ਆ ਉਹ ਨਹੀਂ ਉੱਤਰਦੀ ਹੈਗੀ ਠੀਕ ਹੈ ਜੀ ਮਤਲਬ ਇਹਦੇ ਵਿੱਚ ਤੁਮੀ ਵਾਲਾ ਹਾਲ ਹੀ ਹੋਇਆ ਵੀ ਬਾਹਰੋਂ ਤਾਂ ਤੋਤੀ ਗਈ ਪਰ ਉਸ ਦੇ ਜਿਹੜੀ ਅੰਦਰ ਨਿਰੋਲ ਵੇਸ਼ਾ ਭਾਵ ਕੁੜੱਤਣਾ ਉਸੇ ਤਰ੍ਹਾਂ ਟਿਕੀ ਰਹੀ ਇਸ ਲਈ ਜਿਹੜੇ ਭਲੇ ਮਨੁੱਖ ਨੇ ਉਹ ਭਾਵੇਂ ਤੀਰਥਾਂ ਤੇ ਨਾ ਹੀ ਨਹਾਉਣ ਠੀਕ ਹੈ ਉਹ ਫਿਰ ਵੀ ਬਿਨਾਂ ਨਹਾਤੇ ਹੀ ਭਲੇ ਨੇ ਪਰੰਤੂ ਜਿਹੜੇ ਚੋਰ ਨੇ ਉਹ ਬੇਸ਼ੱਕ ਤੀਰਥਾਂ ਉੱਤੇ ਨਹਾ ਲੈਣ ਪਰੰਤੂ ਉਹ ਫਿਰ ਵੀ ਚੋਰ ਹੀ ਹਨ ਠੀਕ ਹੈ ਜੀ ਅੱਗੇ ਹੈਗਾ ਮਾਗ ਪੁਨੀਤ ਭਈ ਮਾਗ ਪੁਨੀਤ ਭਈ ਤੀਰਥ ਅੰਤਰ ਜਾਣਿਆ ਸਾਜਨ ਸਹਿਜ ਮਿਲੇ ਗੁਣ ਗਹਿ ਅੰਕ ਸਮਾਨਿਆ ਪ੍ਰੀਤਮ ਗੁਣ ਅੰਕ ਸੁਣ ਪ੍ਰਭ ਬੰਕੇ ਤੁਦ ਭਾਵਾ ਸਿਨਨਾਵਾ ਰੰਗ ਜਮਨ ਤਹਿ ਬੇਣੀ ਸੰਗਮ ਸਾਤ ਸਮੁੰਦ ਸਮਾਵਾ ਪੁੰਨ দান ਪੂਜਾ ਪਰਮੇਸ਼ਰ ਜੁਗ ਜੁਗ ਏਕੋ ਜਾਤਾ ਨਾਨਕ 마ਗ ਮਹਾਰਸ ਹਰ ਜਪ 68 ਤੀਰਥ ਨਾਤਾ ਠੀਕ ਹੈ ਜੀ ਇਹਦੇ ਵਿੱਚ ਕਿਹਾ ਹੈ 마ਗ ਮਹੀਨੇ ਵਿੱਚ ਲੋਕ ਪ੍ਰਯਾਗ ਆਦੀ ਤੀਰਥਾਂ ਉੱਤੇ ਇਸ਼ਨਾਨ ਕਰਨ ਵਿੱਚ ਪਵਿੱਤਰਤਾ ਮੰਨਦੇ ਨੇ ਪਾ ਜਿਸ ਜੀਵ ਦੇ ਆਪਣੇ ਹਿਰਦੇ ਵਿੱਚ ਹੀ ਤੀਰਥ ਪਛਾਣ ਲਿਆ ਉਸ ਦੀ ਜਿੰਦ ਪਵਿੱਤਰ ਹੋ ਜਾਂਦੀ ਹੈ ਜੋ ਜੀਵ ਪਰਮਾਤਮਾ ਦੇ ਗੁਣ ਆਪਣੇ ਹਿਰਦੇ ਵਿੱਚ ਹੀ ਬਸਾ ਕੇ ਉਸ ਦੇ ਚਰਨਾਂ ਵਿੱਚ ਲੀਨ ਹੁੰਦਾ ਹੈ ਉਹ ਅਡੋਲ ਅਵਸਥਾ ਵਿੱਚ ਟਿਕ ਜਾਂਦਾ ਹੈ ਜਿੱਥੇ ਉਸ ਨੂੰ ਸੱਜਣ ਪ੍ਰਭੂ ਮਿਲ ਪੈਂਦਾ ਹੈ ਠੀਕ ਹੈ ਜੀ हे ਪ੍ਰਭੂ ਜੇ ਤੇਰੇ ਗੁਣ ਮੈਂ ਆਪਣੇ ਹਿਰਦੇ ਵਿੱਚ ਵ사 ਕੇ ਤੇਰੀ ਸਿਫਤ ਸਲਾਹ ਸੁਣ ਕੇ ਤੈਨੂੰ ਚੰਗਾ ਲੱਗਣ ਲੱਗ ਪਾਵਾਂ ਤਾਂ ਮੈਂ ਤੀਰਥ ਉਤੇ ਇਸ਼ਨਾਨ ਕਰ ਲਿਆ ਸਮਝਦਾ ਹਾਂ ਤੇਰੇ ਚਰਨਾਂ ਵਿੱਚ ਲੀਨਤਾ ਵਾਲੀ ਅਵਸਥਾ ਹੀ ਗੰਗਾ ਜਮਨਾ ਸਰਸਵਤੀ ਤਿੰਨਾਂ ਨਦੀਆਂ ਦਾ ਮਿਲਾਪ ਤਾਂ ਤ੍ਰਿਵੇਣੀ ਹੈ ਉਥੋਂ ਹੀ ਮੈਂ ਸੱਤੇ ਸਮੁੰਦਰ ਸਮਾਏ ਮੰਨਦਾ ਹਾਂ ਜਿਸ ਮਨੁੱਖ ਨੇ ਹਰੇਕ ਯੁੱਗ ਵਿੱਚ ਵਿਆਪਕ ਪਰਮੇਸ਼ਵਰ ਨਾਲ ਸਾਂਝ ਪਾ ਲਈ ਹੈ ਉਸ ਨੇ ਤੀਰਥ ਇਸ਼ਨਾਨ ਆਦੀ ਸਾਰੇ ਪੁੰਨਦਾਨ ਪੂਜਾ ਕਰਮ ਕਰ ਲਏ ਮਾਗ ਮਹੀਨੇ ਵਿੱਚ ਜਿਹੜਾ ਤੀਰਥ ਇਸ਼ਨਾਨ ਹੈ ਆਦੀ ਦੀ ਥਾਂ ਜਿਸ ਨੇ ਪ੍ਰਭੂ ਦਾ ਨਾਮ ਸਿਮਰ ਕੇ ਪ੍ਰਭੂ ਨਾਮ ਦਾ ਮਹਾਰਸ ਪੀ ਲਿਆ ਉਸ ਨੇ 68 ਤੀਰਥਾਂ ਦਾ ਇਸ਼ਨਾਨ ਕਰ ਲਿਆ ਠੀਕ ਹੈ ਜੀ ਇਦੇ ਵਿੱਚ 마ਗ 마ਗ ਮਹੀਨੇ ਦੀ ਜਿਹੜੀ ਪਵਿੱਤਰਤਾ ਵੀ 마ਗ ਮਹੀਨੇ ਜਿਹੜੇ ਨੌਂਦੇ ਨੇ ਹਨਾ ਕਹਿੰਦੇ ਨੇ ਕਈ ਆਪਣੇ ਪਿੰਡਾਂ ਦੇ ਵਿੱਚ ਇਹ ਹੈਗੀ ਆ ਵੀ ਜਿਹੜੇ 마ਗ ਮਹੀਨੇ ਸਿਰ ਨੌਂਦੇ ਨੇ ਉਹਨਾਂ ਦੇ ਸੋਨੇ ਦੇ ਵਾਲ ਹੋ ਜਾਂਦੇ ਨੇ ਇਦਾਂ ਇਦਾਂ ਦੀਆਂ ਕਹਾਵਤਾਂ ਨੇ ਇਹਦੇ ਵਿੱਚ ਉਹਨਾਂ ਬਾਰੇ ਦੱਸਿਆ ਠੀਕ ਹੈ ਜੀ ਤੇ ਬਾਕੀ ਹੈਗਾ ਦੁੱਖ ਰੋਗ ਦੁੱਖਦਾਰੂ ਸੁਖ ਰੋਗ ਪਿਆ ਦੁੱਖਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਮਨਾ ਹੋਈ ਤੂੰ ਕਰਤਾ ਕਰਣਾ ਮੈ ਨਾਹੀਂ ਜਾਂਹੋ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਜਾਤ ਮੈਂ ਜੋਤ ਜੋਤ ਮੈਂ ਜਾਤਾ ਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਫਤ ਸੁਹਾਲੀਐ ਜਿਨ ਕੀਤੀ ਸੋ ਪਾਰ ਪਿਆ ਕੋ ਨਾਨਕ ਕਰਤੇ ਕੀਆ ਬਾਤਾ ਜੋ ਕੁਛ ਕਰਣਾ ਸੋ ਕਰ ਰਹਾ ਇਹਦੇ ਵਿੱਚ ਕਿਹਾ ਹੈ ਜੀ ਜਿਹੜੀ ਪਰਮਾਤਮਾ ਦੀ ਕੁਦਰਤਾ ਉਹ ਅਜੀਵ ਹੈ ਦਿੱਤਾ ਜੀਵਾਂ ਦੇ ਰੋਗਾਂ ਦਾ ਇਲਾਜ ਬਣ ਜਾਂਦੀ ਹੈ ਅਤੇ ਸੁਖ ਉਹਨਾਂ ਲਈ ਦੁੱਖਾਂ ਦਾ ਕਾਰਨ ਹੋ ਜਾਂਦਾ ਹੈ ਪਾ ਜੀ ਅਸਲੀ ਆਤਮਿਕ ਸੁਖ ਜੀਵ ਨੂੰ ਮਿਲ ਜਾਵੇ ਤਾਂ ਦੁੱਖ ਕੋਈ ਦੁੱਖ ਨਹੀਂ ਰਹਿੰਦਾ ਉਹਨੂੰ हे ਪਰਮਾਤਮਾ ਤੂੰ ਕਰਨ ਹਾਰ ਸਮਰੱਥ ਹੈ ਤੂੰ ਆਪ ਹੀ ਇਨਾ ਪੇਤਾਂ ਨੂੰ ਸਮਝਦਾ ਹੈ ਮੇਰੀ ਕੋਈ ਸਮਰੱਥਾ ਨਹੀਂ ਹੈ ਕਿ ਮੈਂ ਇਹਨਾਂ ਨੂੰ ਸਮਝ ਸਕਾਂ ਜੇ ਮੈਂ ਆਪਣੇ ਆਪ ਨੂੰ ਕੁਝ ਸਮਝਾਂ ਭਾਵ ਇਹ ਖਿਆਲ ਕਰਨ ਲੱਗ ਪਾਵਾਂ ਕਿ ਮੈਂ ਤੇਰੇ ਪੇਤ ਨੂੰ ਸਮਝ ਸਕਦਾ ਹਾਂ ਤਾਂ ਮੈਨੂੰ ਇਹ ਗੱਲ ਫੱਬਦੀ ਨਹੀਂ ਕੁਦਰਤ ਵਿੱਚ ਵਸ ਰਹੇ ਪਰਮਾਤਮਾ ਦਾ ਭੇਤ ਨਹੀਂ ਪਾਇਆ ਜਾ ਸਕਦਾ ਮੈਂ ਪਰਮਾਤਮਾ ਤੋਂ ਸਦਕੇ ਜਾਂਦਾ ਹਾਂ ساری ਸ੍ਰਿਸ਼ਟੀ ਵਿੱਚ ਪਰਮਾਤਮਾ ਦਾ ਹੀ ਨੂਰ ਵਸ ਰਿਹਾ ਹੈ ਸਾਰੇ ਜੀਵਾਂ ਵਿੱਚ ਉਸਦਾ ਪ੍ਰਕਾਸ਼ ਹੈ ਪਰਮਾਤਮਾ ਸਵਨਾਥਾ ਮਾ ਉਤੇ ਇੱਕ ਰਸ ਭਾਵ ਇੱਕ ਸਾਰ ਵਿਆਪਕ ਹੈ हे परमात्मा तू हमेशा स्थिर रहने वाला है जिसने तेरे गुण गाए ने वो इस संसार सागर तो तर गया है गुरु नानक देव जी प्रेरणा देते हुए के हे मनुख तू भी करतार दी सिफत सलाह करके आख के प्रभु जो कुछ करना चंगा समझदा हां वो कर रहे हां भाव उस दे कामा विच किसी दा दखल नहीं है ठीक है जी के हो गया एदे बारे ਅ ਜਲੇ ਸ਼ਬਦ ਨੇ ਠੀਕ ਹੈ ਤੇ ਅੱਗੇ ਹੈਗਾ ਜੀ ਇੱਕ ਸ਼ਬਦ ਜਿੱਦਾਂ ਪੰਜ ਨਿਵਾਜਾ ਵਖਤ ਪੰਜ 50 59 ਪੰਜ ਨਿਵਾਜਾ ਵਖਤ ਪੰਜੇ 50 59 ਪਹਿਲਾ ਸੱਚ ਹਲਾਲ ਦੂਈ ਤੀਜਾ ਖੈਰ ਖੁਦਾਏ ਚੌਥੀ ਨੀਅਤ راست ਮਨ ਪੰਜਵੀਂ ਸਿਫਤ ਸੁਨਾਏ ਕਰਨੀ ਕਲਮਾ ਆਖ ਕੇ ਤੇ ਮੁਸਲਮਾਨ ਸਦਾਏ ਨਾਨਕ ਜੀਤੇ ਕੂੜਿਆਰ ਕੁੜੇ ਕੁੜੀ ਪਾਏ ਇਦੇ ਵਿੱਚ ਗੁਰੂ ਜੀ ਕਹਿੰਦੇ ਨੇ ਨਾ ਸ਼ਬਦਾਂ ਵਿੱਚ ਵੀ ਮੁਸਲਮਾਨਾਂ ਦੀਆਂ ਪੰਜ ਨਮਾਜ਼ਾਂ ਨੇ ਉਹਨਾਂ ਦੇ ਪੰਜ ਵਕਤ ਨੇ ਤੇ ਪੰਜਾਂ ਹੀ ਨਮਾਜ਼ਾਂ ਦੇ ਵੱਖੋ-ਵੱਖਰੇ ਨਾਮ ਨੇ ਪਰੰਤੂ ਸਾਡੇ ਸਿੱਖ ਮਤ ਦੇ ਅਨਸਾਰ ਅਸਲ ਨਮਾਜ਼ਾਂ ਇਸ ਤਰ੍ਹਾਂ ਹਨ ਪਹਿਲੀ ਨਮਾਜ਼ ਸਵੇਰ ਦੀ ਸੱਚ ਬੋਲਣਾ ਦੂਜੀ ਨਮਾਜ਼ ਹੈ ਹੱਕ ਦੀ ਕਮਾਈ ਕਰਨਾ ਤੀਜੀ ਨਮਾਜ਼ ਹੈ ਰੱਬ ਤੋਂ ਸਭ ਦਾ ਭਲਾ ਮੰਗਣਾ ਤੇ ਨiyet ਨੂੰ ਸਾਫ ਕਰਨਾ ਤੇ ਮਨ ਨੂੰ ਸਾਫ ਰੱਖਣਾ ਚੌਥੀ ਨਮਾਜ਼ ਹੈ ਪਰਮਾਤਮਾ ਦੀ ਸਿਫਤ ਸਲਾਹ ਵਡਿਆਈ ਕਰਨੀ ਠੀਕ ਹੈ ਜੀ ਵਡਿਆਈ ਕਰਨੀ ਪੰਜਵੀਂ ਨਮਾਜ਼ ਹੈ ਇਹਨਾਂ ਜਿਹੜੀ ਪੰਜਵੀਂ ਨਮਾਜ਼ ਹੈ ਉਹ ਇਹਨਾਂ ਨਮਾਜ਼ਾਂ ਦੇ ਨਾਲ-ਨਾਲ ਉੱਚਾ ਆਚਰਣ ਬਣਾਉਣਾ ਤੇ ਬਣਾਉਣ ਰੂਪੀ ਕਲਮਾ ਪੜਨਾ ਅਤੇ ਨਾਲ ਹੀ ਆਪਣੇ ਆਪ ਨੂੰ ਸੱਚਾ ਮੁਸਲਮਾਨ ਅਖਵਾ ਸਕਦੇ ਹਾਂ ਇਹਨਾਂ ਨਮਾਜ਼ਾਂ ਅਤੇ ਕਲਮੇ ਤੋਂ ਖੁੰਝੇ ਹੋਏ ਜਿੰਨੇ ਵੀ ਮਨੁੱਖ ਨੇ ਓ ਕੂੜੇ ਦੇ ਵਪਾਰੀ ਨੇ ਅਤੇ ਕੂੜ ਦੀ ਇੱਜ਼ਤ ਵੀ ਠੀਕ ਹੈ ਜੀ ਕੂੜੀ ਹੀ ਹੁੰਦੀ ਹੈ ਠੀਕ ਹੈ ਇਨ੍ਹਾਂ ਸ਼ਬਦਾਂ ਦੇ ਵਿੱਚ ਗੁਰੂ ਜੀ ਨੇ ਬਹੁਤ ਕੁਝ ਬਿਆਨ ਕੀਤਾ ਏ ਠੀਕ ਹੈ ਤੇ ਉਮੀਦ ਹੈ ਕਿ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਤੇ ਇਹਦੇ ਵਿੱਚ ਆਪਾਂ ਨੇ ਜਿਹੜੇ ਆਪਣੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੇ ਉਹਨਾਂ ਦੇ ਆਪਾਂ ਨੇ ਜਿਹੜੇ ਸੀਗੇ ਮਾਗ ਮਹੀਨੇ ਦੀ ਜਿਹੜੀ 12ਵਾਂ ਤੁਖਾਰੀ ਵਿੱਚ ਮਾਗ ਮਹੀਨੇ ਸੰਬੰਧੀ ਰਚਨਾ ਦੇ ਸੱਤ ਸ਼ਬਦ ਸ਼ਾਮਲ ਕੀਤੇ ਨੇ ਉਹਨਾਂ ਬਾਰੇ ਆਪਾਂ ਨੇ ਪੜਿਆ ਏ ਠੀਕ ਆ ਤੇ ਇਹਨਾਂ ਵਿੱਚ ਉਹਨੇ ਸੱਚ ਦੀ ਕਮਾਈ ਬੈਮਾ ਭਰਮਾ ਤੋਂ ਮੁਕਤ ਹੋ ਕੇ ਪਰਮਾਤਮਾ ਦੀ ਭਜਨ ਬੰਦਗੀ ਬਾਰੇ ਵਿਚਾਰ ਨੇ ਜਿਹੜੇ ਆਪਣੇ ਪ੍ਰਗਟ ਕੀਤੇ ਨੇ ਠੀਕ ਆ ਤੇ ਆਪਾਂ